सकी की शरतां रखियां नी तेनू चलदा के नहीं पखियां नी बिल्लियां बिल्लियां अखियां कदे कूनी तां सत श्री अकाल राम राम आदाब की हाल चाल है सारे ठीक ठाक हो गए जे तुसी मेरे चैनल ते आ गए जो चैनल नूं कर दो सबसक्राइब वीडियो लाइक करके शेयर जरूर करो जे तुसी मेरे इंस्टाग्राम ते फॉलो करना चाहते लिंक डिस्क्रिप्शन च मिल जूगी जाके फॉलो कर सकते जो तो आप जो हूँ सौंग लैके आए हैं सौंग का नाम अड्डी सुनी करन औजला जी का सौंग है देखते हैं की गलबात करते हैं किदां दा सौंग आ तो वीडियो शुरू तो लैके एंड तक जरूर देखियो तो एक इस तो पहले मैं एक वीडियो करन औजला जी के लाइव शो के उत्ते पाई आ वह भी जरूर दा के देखो बहुत प्यारी वीडियो बहुत सोहना उद्देश करन औजला जी ने एक गल करना की मैंने बड़ी प्यारी लगी जाके जरूर वीडियो देखो लिंक आई बटन दे मिल जूगा नहीं तुम मेरे चैनल पर जाके चैक कर सकते जो इस तो पिछली वीडियो आ चलो फिर आप चलते हैं रिएक्शन वाली वीडियो का लिंक डिस्क्रिप्शन मिल जूगा जो तुम नहीं देखा हाले सौंग जाके देख सकते जो पहले मेरे ना जरूर देखो रिएक्शन चलो फिर आप चलते वीडियो बाकी गल आप बाद च करा पहले देखा वीडियो चल चलते वीडियो बने तेनू बार बार और लैण नू कहिंदा चुन्नी तानी तेरे शौक तां पूरे करदा हो अड्डी सुन्नी तानी ओ तेनू बार बार और लैण नू कहिंदा चुन्नी एक गल कहो यार पहले ऐ लगा कि जिदा सैड सॉन्ग आए अड्डी सुन्नी ते ओ जदो चुक्या ओ चीज लगदी मतलब इहदे नाल मिक्स जिहा करता काम मतलब जिहड़े इहदे बोल आओ सैड जे लगन दा म्यूजिक चकवा दे तां क्या बात है वखरा वखरा कुछ नहीं समझ आउंदे करना औजला जी हर चीज च वखरा ही करना करंदा है ओ तेरे शौक तां पूरे करदा हो अड्डी सुन्नी तानी तंग करदा तेरे मोढे टैटू तितली दा दासी ओनू तानी तंग करदा तेरा देर रात तक निकली दा जी दे कोले तंग हो तुर गई सी तंग हुनी तानी तेनू बार बार ओ लैण नू कहिंदा चुन्नी तानी ओ तेरे शौक तां पूरे करदा हो अड्डी सुन्नी तानी ओ तेनू बार बार ओ लैण नू कहिंदा चुन्नी तानी ਇਹ ਮੈਂ ਉਦਾਂ ਸੌਂਗ ਸੋਚਦਾ ਸੀ ਨਾ ਹੀ ਰੋਕਾਂ ਵਿੱਚ ਮਗਰ ਰੋਕਿਆ ਮੈਂ ਤਾਂ ਕਿ ਯਾਰ ਇੱਕ ਡਿਫਰੈਂਟ ਸੌਂਗ ਆ ਮਤਲਬ ਇੱਕ ਪੁਰਾਣਾ ਜਿਹੜਾ ਉਹਦਾ ਮਤਲਬ ਐਕਸ ਬੋਏਫ੍ਰੈਂਡ ਮੰਨ ਲਓ ਜਾਂ ਕੋਈ ਮੰਨ ਲਓ ਉਹ ਆਪਣੀ ਮਤਲਬ ਜਿਹੜੇ ਕਰਕੇ ਰਿਲੇਸ਼ਨ ਟੁੱਟਾ ਉਹਨਾਂ ਦਾ ਉਹ ਗੱਲ ਕਰਨ ਦਿਆ ਕਿ ਤੈਨੂੰ ਉਹ ਗੱਲ ਕੋਈ ਆਪਣਾ ਰੋਪ ਤਾਂ ਨਹੀਂ ਮਾਰਦਾ ਯਾਰ ਦੇਖੋ ਇੱਕ ਨਾ ਜਿਹੜਾ ਵੀ ਬੰਦਾ ਰਿਲੇਸ਼ਨ ਦੇ ਵਿੱਚ ਹੁੰਦਾ ਵਾ ਮੈਂ ਇਹ ਚੀਜ਼ ਸੋਚਦਾ ਵਾਂ ਕਿ ਉਹ ਬੰਦਾ ਜੇ ਆਪਣੇ ਨਾਲ ਦੇ ਨੂੰ ਕੁਝ ਕਹਿੰਦਾ ਵਾ ਹੈ ਨਾ ਅਤੇ ਕੇਅਰ ਕਰਦਾ ਵਾ ਉਹ ਉਹਨੂੰ ਕਹਿੰਦਾ ਵਾ ਤੂੰ ਸਿਰ 'ਤੇ ਚੁੰਨੀ ਲੈ ਕੇ ਰੱਖਿਆ ਕਰ ਇਹ ਹੁੰਦਾ ਕਿ ਅਗਲੇ ਬੰਦੇ ਦਾ ਮਤਲਬ ਇੱਜ਼ਤ ਵਧਾਉਣਾ ਉਹ ਇਸ ਕਰਕੇ ਪਤਾ ਨਹੀਂ ਕਿੰਨੇ ਰਿਲੇਸ਼ਨ ਖਰਾਬ ਹੁੰਦੇ ਆ ਇਹ ਉਹੀ ਚੀਜ਼ ਨੂੰ ਗਾਇਆ ਗਿਆ ਵਾ ਇਹ ਮਤਲਬ ਮੇਰੇ ਹਿਸਾਬ ਨਾਲ ਉਹੀ ਲੋਕ ਜ਼ਿਆਦਾ ਗਾਣਾ ਸੁਣ ਕੇ ਜਿਨ੍ਹਾਂ ਦੇ ਰਿਲੇਸ਼ਨ ਖਰਾਬ ਹੋਏ ਆ ਇਸ ਚੀਜ਼ਾਂ ਤੋਂ ਇਹ ਚੀਜ਼ਾਂ ਦਾ ਫਰਕ ਪਿਆ ਵਾ ਉਹਨਾਂ 'ਤੇ ਇਹ ਗਾਣਾ ਮਤਲਬ ਉਹ ਇਹ ਚੀਜ਼ਾਂ ਸੁਣਨਗੇ ਮਹਿਸੂਸ ਕਰਨਗੇ ਇੱਕ ਡਿਫਰੈਂਟ ਚੀਜ਼ ਆ ਯਾਰ ਬਾਕੀ ਮੈਂ ਇਸ ਚੀਜ਼ 'ਚ ਕੁਛ ਨਹੀਂ ਬੋਲਣਾ ਚਾਹੁੰਦਾ ਚਲੋ ਅੱਗੇ ਸੁਣਦੇ ਓ ਗੁੱਸੇ ਤਾਂ ਨਹੀਂ ਹੁੰਦਾ ਯੋ ਤੇਰੇ ਫੋਨ ਦਾ ਨੰਬਰ ਵੰਡਿਆਂ ਤੇ ਨਵਿਆਂ ਨੂੰ ਮਖਮਲ ਤੇ ਰੱਖਦੀ ਆ ਸਾਡੇ ਭਾਂਗੂ ਕੰਡਿਆਂ ਤੇ ਕਿਤੇ ਸਿਰਾ ਵੀਰ ਕਿਆ ਬਾਤ ਹੈ ਕਰਨ ਔਜਲਾ ਜੀ तेनूं बार बार ओ लैण नूं कहिंदा चुन्नी तानी ओ तेरे शौक तां पूरे करदा हो अड्डी सुन्नी तानी ओ तेरे शौक तां पूरे करदा हो अड्डी सुन्नी तानी ਕਿਆ
ਤੇਰੇ ਰੱਸਾ ਤੇ ਨੀ ਫਾਂਸੀ ਦਾ ਨੀ ਤੇਰੇ ਗਲ ਦਾ ਹਾਰ ਉਹਦੇ ਤੇ ਕਹਿੰਦੇ ਤਾਂ ਨੀ ਤੇਰੇ ਬਾਰੇ ਨੀ ਮਾੜਾ ਚੰਗਾ ਯਾਰ ਉਹਦੇ ਦੱਸ ਕੀ ਸ਼ਰਤਾਂ ਰੱਖੀਆਂ ਨੀ ਦੱਸ ਕੀ ਸ਼ਰਤਾਂ ਰੱਖੀਆਂ ਨੀ ਤੈਨੂੰ ਚੱਲਦਾ ਕਿ ਨਹੀਂ ਪੱਖੀਆਂ ਨੀ ਬਿੱਲੀਆਂ ਬਿੱਲੀਆਂ ਖੀਆਂ ਨੀ ਦੇਖੀ ਤਾਂ ਨੀ ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋ ਅੱਡੀ ਸੁਣੀ ਤਾਂ ਨੀ ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋ ਅੱਡੀ ਸੁਣੀ ਤਾਂ ਨੀ ਬਿੱਲੀਆਂ ਬਿੱਲੀਆਂ ਖੀਆਂ ਨੀ ਕਿਤੇ ਨੀ ਤੇਰੇ ਗਲ ਦਾ ਹਾਰ ਉਹਦੇ ਕਿਤੇ ਕਹਿੰਦੇ ਤਾਂ ਨੀ ਤੇਰੇ ਬਾਰੇ ਨੀ ਮਾੜਾ ਚੰਗਾ ਯਾਰ ਉਹਦੇ ਦੱਸ ਕੀ ਸ਼ਰਤਾਂ ਰੱਖੀਆਂ ਨੀ ਦੱਸ ਕੀ ਸ਼ਰਤਾਂ ਰੱਖੀਆਂ ਨੀ ਤੈਨੂੰ ਚੱਲਦਾ ਕਿ ਨਹੀਂ ਪੱਖੀਆਂ ਨੀ ਬਿੱਲੀਆਂ ਬਿੱਲੀਆਂ ਖੀਆਂ ਨੀ ਕਿਤੇ ਖੂਨੀ ਤਾਂ ਨੀ ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋ ਅੱਡੀ ਸੁਣੀ ਤਾਂ ਨੀ ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋ ਅੱਡੀ ਸੁਣੀ ਤਾਂ ਨੀ ਅੱਡੀ ਸੁਣੀ ਤਾਂ ਨੀ ਅੱਡੀ ਸੁਣੀ ਤਾਂ ਨੀ ਅੱਡੀ ਸੁਣੀ ਤਾਂ ਨੀ ਹੰਝੂ ਬਣ ਕੇ ਕਦੇ ਕਦੇ ਤਾਂ ਮੇਰੇ ਕੋਲ ਆਉਣੀ ਹੈ ਪਰ ਕਦੇ ਬੁੱਲਾਂ ਦੀ ਮੁਸਕਾਨ ਬਣ ਕੇ ਨਹੀਂ ਆਈ ਕੱਲ ਰਾਤੀ ਉਦਾਂ ਸੁਪਨੇ 'ਚ ਆਈ ਸੀ ਤੂੰ ਮੇਰੀ ਜਾਨ ਬਣ ਕੇ ਨਹੀਂ ਆਈ ਮਹਿਮਾਨ ਬਣ ਕੇ ਆਈ ਕਿਉਂਕਿ ਤੈਨੂੰ ਜਾਣ ਦੀ ਆਦਤ ਹੈ ਅਤੇ ਮੈਨੂੰ ਭੁੱਲਣ ਦੀ ਆਦਤ ਨਹੀਂ ਚੱਲ ਉਮੀਦ ਆ ਤੈਨੂੰ ਖੁਸ਼ ਰੱਖੂਗਾ ਅਤੇ ਆਬਾਦ ਰੱਖੂਗਾ ਤੂੰ ਵੀ ਮੈਨੂੰ ਲਿਖਣਾ ਸਿਖਾਇਆ ਤਾਂ ਕਰਕੇ ਔਜਲਾ ਵੀ ਤੈਨੂੰ ਯਾਦ ਰੱਖੂਗਾ ਕਿਉਂਕਿ ਫਾਕਰਾਂ ਦੇ ਕੋਈ ਰਾਹ ਨਹੀਂ ਹੁੰਦੇ ਅਤੇ ਤੇਰੇ ਵਰਗੇ ਸੱਜਣ ਦਾ ਚੰਦਰੀਏ ਭੁਲਾ ਨਹੀਂ ਹੁੰਦੇ ਇਸ ਚੀਜ਼ ਬਾਰੇ ਆਪਾਂ ਕਦੀ ਮਤਲਬ ਕੀ ਕਵਾਂ ਯਾਰ ਕੁਝ ਮਤਲਬ ਸ਼ਬਦ ਨਹੀਂ ਹੈਗੇ ਮੇਰੇ ਇਸ ਸੌਂਗ ਨੂੰ ਬੋਲਣ ਵਾਸਤੇ ਕਿੰਨੀ ਪਿਆਰੀ ਚੀਜ਼ ਲਿਖੀ ਕਿ ਜਿਹਦੇ ਕਰਕੇ ਜ਼ਿਆਦਾ ਰਿਲੇਸ਼ਨ ਖਰਾਬ ਹੀ ਇਸੇ ਕਰਕੇ ਹੁੰਦੇ ਆ ਕਿ ਮੁੰਡਾ ਕੁੜੀ ਨੂੰ ਟੋਕਦਾ ਜਾਂ ਕੁੜੀ ਮੁੰਡੇ ਨੂੰ ਟੋਕਦੀ ਦੋਵਾਂ ਦੀ ਗੱਲ ਕਰਦਾ ਮੈਂ ਇਸੇ ਕਰਕੇ ਜ਼ਿਆਦਾ ਰਿਲੇਸ਼ਨ ਖਰਾਬ ਹੁੰਦੇ ਆ ਕਿ ਉਹ ਮੈਨੂੰ ਰੋਕਾ ਟੋਕੀ ਕਰਦਾ ਤੂੰ ਚੁੰਨੀ ਨਹੀਂ ਸਿਰ 'ਤੇ ਲੈਣੀ ਫਲਾਣਾ ਨਹੀਂ ਕਰਦੀ ਧਮਕਾਨਾ ਨਹੀਂ ਕਰਦੀ ਇਸ ਚੀਜ਼ ਨੂੰ ਰੱਖ ਕੇ ਉਹਨਾਂ ਸੌਂਗ ਗਾਇਆ ਦੇਖੋ ਕਰਨ ਔਜਲਾ ਜੀ ਨੂੰ ਮੈਂ ਇੰਟਰਵਿਊ ਸੁਣਦਾ ਉਹ ਕਹਿੰਦਾ ਜ਼ਿਆਦਾਤਰ ਮੈਂ ਉਹੀ ਚੀਜ਼ਾਂ ਲਿਖਦਾ ਜੋ ਮੈਂ ਦੇਖਦਾ ਹਾਂ ਜੋ ਮੇਰੇ ਸਰਕਲ ਦੇ ਵਿੱਚ ਜਿੰਨੇ ਫਰੈਂਡ ਆ ਉਹਨਾਂ ਨਾਲ ਜੋ ਬੀਤਦੀਆਂ ਵਾ ਜਾਂ ਜੋ ਮੈਂ ਦੇਖਦਾ ਮੈਨੂੰ ਮਹਿਸੂਸ ਹੁੰਦਾ ਉਹ ਚੀਜ਼ ਮੈਂ ਲਿਖਦਾ ਹਾਂ ਸੱਚੀ ਯਾਰ ਕਿਆ ਬਾਤ ਲਿਖੀ ਕਰਨ ਔਜਲਾ ਜੀ ਬਹੁਤ ਪਿਆਰੀ ਲਿਖੀ ਆ ਬਹੁਤ ਪਿਆਰਾ ਸੌਂਗ ਸੀ ਤੁਸੀਂ ਦੱਸਿਓ ਇਹ ਸੌਂਗ ਤੁਹਾਨੂੰ ਕਿੱਦਾਂ ਦਾ ਲੱਗਾ ਅੱਡੀ ਸੁਣੀ ਅਤੇ ਕੀ ਗੱਲ ਤੁਹਾਨੂੰ ਇਸ ਸੌਂਗ ਦੇ ਵਿੱਚ ਵਧੀਆ ਲੱਗੀ ਜ਼ਰੂਰ ਕਮੈਂਟ ਬੋਕਸ ਵਿੱਚ ਦੱਸਿਓ ਜੇ ਤੁਹਾਨੂੰ ਮੇਰਾ ਰਿਐਕਸ਼ਨ ਪਸੰਦ ਆਇਆ ਵੀਡੀਓ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਪਲੀਜ਼ ਯਾਰ ਉਹ ਰਿਐਕਸ਼ਨ ਜ਼ਰੂਰ ਦੇਖੋ ਜਿਹੜਾ ਮੇਰਾ ਰਿਐਕਸ਼ਨ ਹੈ ਕਰਨ ਔਜਲਾ ਜੀ ਦੀ ਵੀਡੀਓ ਦੇ ਉੱਤੇ ਦਿੱਤਾ ਲਾਈਵ ਸ਼ੋਅ ਦੇ ਉੱਤੇ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਅਤੇ ਆਈ ਬਟਨ ਦੇ ਵਿੱਚ ਵੀ ਉਹਦਾ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਜ਼ਰੂਰ ਪਿਆਰ ਦਿਓ ਉਹਨੂੰ ਜਾ ਕੇ ਆਪਾਂ ਮਿਲਾਂਗੇ ਜਲਦੀ ਅਗਲੇ ਸੌਂਗ ਜੇ ਤੁਸੀਂ ਚਾਹੁੰਦੇ ਕਿ ਮੈਂ ਕਿਸੇ ਸੌਂਗ ਦੇ ਉੱਤੇ ਰਿਐਕਸ਼ਨ ਨਾ ਉਹਦਾ ਲਿੰਕ ਮੈਨੂੰ ਕਮੈਂਟ ਬੋਕਸ ਦੇ ਇੰਸਟਾਗ੍ਰਾਮ 'ਤੇ ਜਾ ਕੇ ਸੈਂਡ ਕਰ ਸਕਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪੂਰੀ ਵੀਡੀਓ ਦੇਖੀ ਆਪਾਂ ਮਿਲਾਂਗੇ ਜਲਦੀ ਅਗਲੀ ਵੀਡੀਓ 'ਚ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ।